ਪੰਜਾਬ ਵਿੱਚ ਕੋਰੋਨਾ ਵਾਇਰਸ ਸੰਬੰਧੀ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਨੇ, ਜਿਸ ਦੇ ਤਹਿਤ ਮਲੇਰਕੋਟਲਾ ਦੇ ਰੇਲਵੇ ਸਟੇਸ਼ਨ ਤੇ ਮੁਸਲਿਮ ਫਰੈਂਡਸ ਕਲੱਬ ਮਲੇਰਕੋਟਲਾ ਦੇ ਅਹੁਦੇਦਾਰਾਂ ਵੱਲੋਂ ਕੋਰੋਨਾ ਵਾਇਰਸ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਆਉਣ ਜਾਣ ਵਾਲੇ ਮੁਸਾਫਰਾਂ ਨੂੰ ਮੂੰਹ ਢੱਕਣ ਲਈ ਫੇਸ ਮਾਸਕ ਅਤੇ ਸੈਨੇਟਾਈਜ਼ਰ ਨਾਲ ਆਪਣੇ ਹੱਥਾਂ ਨੂੰ ਸਾਫ਼ ਰੱਖਣ ਲਈ ਜਾਗਰੂਕ ਕੀਤਾ ਗਿਆ। ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਅਹੁਦੇਦਾਰਾਂ ਨੇ ਦੱਸਿਆ ਕਿ ਇਹ ਵਾਇਰਸ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ, ਇਸ ਲਈ ਹਰ ਵਿਅਕਤੀ ਨੂੰ ਇਸ ਸੰਬੰਧੀ ਜਾਗਰੂਕ ਹੋਣਾ ਚਾਹੀਦਾ ਹੈ। ਆਜ਼ਾਦ ਟੀਵੀ ਨਿਊਜ਼ ਦੇ ਲਈ ਮਲੇਰਕੋਟਲਾ ਤੋਂ ਮੁਹੰਮਦ ਕਾਜ਼ਮ ਦੇ ਨਾਲ ਸ਼ਾਹਿਦ ਜ਼ੁਬੈਰੀ ਦੀ ਰਿਪੋਰਟ। ਲਾਲ ਦਿਨ ਮੈਂ ਕੁਦਰਤੀ ਅੱਜ ਲੁਧਿਆਣੇ ਜਾ ਰਿਹਾ ਸੀ, ਇੱਥੇ ਕੈਂਪ ਲੱਗਿਆ ਹੋਇਆ ਮਾਸਕ, ਜਿਹੜੀ ਹਿੰਦੁਸਤਾਨ ਦੇ ਵਿੱਚ ਇੱਕ ਬਿਮਾਰੀ ਫੈਲੀ ਹੋਈ ਹੈ, ਇਹਦੇ ਕਾਰਨ ਕਰਕੇ ਇੱਥੇ ਲੱਗਿਆ। ਅੱਜ ਮੈਂ ਜਦੋਂ ਬੈਠਿਆ ਇੱਥੇ ਸਾਰੇ ਫ੍ਰੀ ਮਿਲ ਰਹੇ ਨੇ, ਬਹੁਤ ਸ਼ਲਾਘਾਯੋਗ ਆ, ਅਤੇ ਕਿਉਂਕਿ ਸਟੇਸ਼ਨ 'ਤੇ ਇੱਥੇ ਮੇਨ ਸਵਾਰੀ ਜਾਂਦੀ ਆ, ਬੜਾ ਅਸੀਂ ਇਹਨਾਂ ਦਾ ਸ਼ਲਾਘਾ ਕਰਦੇ, ਜਿਹੜੇ ਜਿਹਨਾਂ ਬੰਦਿਆਂ ਨੇ ਕੈਂਪ ਲਾਇਆ ਉਹਨਾਂ ਦਾ ਬਹੁਤ ਬਹੁਤ ਮੈਸੇਜ। ਬਹੁਤ ਲੋਕਾਂ ਦੇ ਉਤਸਾਹ ਦੇਖਿਆ ਜੀ, ਉਰੇ ਬਹੁਤ ਲੋਕਾਂ ਨੇ ਉਤਸਾਹ, ਇਹ ਹਰ ਪਾਸੇ ਲੱਗਣਾ ਚਾਹੀਦਾ। ਕੱਲ ਸਾਡੇ ਮੁਕਾਮੀ ਐਸ ਡੀ ਐਮ ਬੇਗਮ ਜੀ ਸਿੰਘ ਪਾਂਥੇ ਨੇ ਮੀਟਿੰਗ ਰੱਖੀ ਸੀ, ਉਹਨਾਂ ਨੇ ਸਾਰੇ ਸ਼ਹਿਰ ਦੇ ਸਮਾਜੀ ਤਨਜ਼ੀਮਾਂ ਨੂੰ ਐਨ ਜੀ ਓਜ਼ ਨੂੰ ਬੁਲਾਇਆ ਤਾ, ਉਹਦੇ ਵਿੱਚ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਸ਼ਹਿਰ ਦੇ ਵੱਖ ਵੱਖ ਜਿੱਥੇ ਭੀੜ ਵਾਲੇ ਇਲਾਕੇ ਨੇ, ਜਿਵੇਂ ਬੱਸ ਸਟੈਂਡ ਹੋ ਗਿਆ, ਰੇਲਵੇ ਸਟੇਸ਼ਨ ਹੋ ਗਿਆ, ਹਸਪਤਾਲ ਹੋ ਗਿਆ, ਐਸ ਡੀ ਐਮ ਦਫ਼ਤਰ ਹੋ ਗਿਆ, ਆਪਣੇ ਜੁਡੀਸ਼ੀਅਲ ਕੰਪਲੈਕਸ ਹੋ ਗਿਆ, ਮੇਨ ਚੌਂਕ ਹੋ ਗਏ, ਉੱਥੇ ਉੱਥੇ ਮੈਂ ਉਹੀ ਦੱਸਦਾ ਜੀ ਜੀ, ਉਹ ਸਾਰੇ ਆਪਣੇ ਆਪਣੇ ਤਨਜ਼ੀਮਾਂ ਆਪਣੀ ਆਪਣੀ ਜਗ੍ਹਾ 'ਤੇ ਕਾਊਂਟਰ ਲਾਉਣ ਕੋਰੋਨਾ ਵਾਇਰਸ ਕਰਕੇ, ਜੇ ਜਿੱਥੇ ਸੈਨੇਟਾਈਜ਼ਰ ਦਾ ਵੀ ਅਤੇ ਮਾਸਕ ਤਕਸੀਮ ਕੀਤੇ ਜਾਣ ਔਰ ਬੇਦਾਰ ਕੀਤਾ ਜਾਵੇ, ਜਿੱਦਾਂ ਕਿ ਸਾਡਾ, ਮੈਂ ਮੁਸਲਿਮ ਫਰੈਂਡਸ ਕਲੱਬ ਮਲੇਰਕੋਟਲਾ ਦਾ ਮੁਹੰਮਦ ਖਲਾਕ ਪ੍ਰਧਾਨ ਹੈ, ਸਾਨੇ ਆਪਣਾ ਜਿਹੜਾ ਜ਼ਿੰਮੇਵਾਰੀ ਸੰਭਾਲੀ ਦੀ ਉਹ ਰੇਲਵੇ ਸਟੇਸ਼ਨ ਦੀ ਲੱਤੀ ਸੀ, ਕੁਛ ਬੰਦਿਆਂ ਨੇ ਐਸ ਡੀ ਐਮ ਦਫ਼ਤਰ ਲੱਤੀ ਹੈ, ਕੁਛ ਨੇ ਸਿਵਲ ਹਸਪਤਾਲ ਲੱਤਾ ਹੈ। ਤੁਸੀਂ ਮਾਸਕ ਬਣ ਰਹੇ ਹੋ, ਕਿੰਨੇ ਕੁ ਲੋਕਾਂ ਦਾ ਉਤਸ਼ਾਹ ਪਾਇਆ ਜਾਂ? ਹਾਲੇ ਤਾਂ ਅਸੀਂ ਅੱਜ ਸ਼ੁਰੂ ਕੀਤਾ ਹੈ, ਜਦਕਿ ਐਸ ਡੀ ਐਮ ਸਾਹਿਬ ਨੇ ਕੱਲ੍ਹ ਨੂੰ ਕਿਹਾ ਤਾਂ ਅਸੀਂ ਇੱਕ ਦਿਨ ਪਹਿਲਾਂ ਪਹਿਲੀ ਸ਼ੁਰੂ ਕਰ ਲਿਆ, ਜਿੰਨੇ ਵੀ ਸਾਡੇ ਕੋਲ ਤਕਸੀਮ ਹੋਣਗੇ ਅਸੀਂ ਇਨਸ਼ਾਅੱਲਾ ਕਰਾਂਗੇ।